ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬੀ ਜਾਗ੍ਰਿਤੀ ਮੰਚ ਦੇ ਸੰਚਾਲਕ ਅਤੇ ਪਲਾਜ਼ਮਾ ਰਿਕਾਰਡ ਦੇ MD ਦੀਪਕ ਬਾਲੀ ਜੀ ਲੈ ਕੇ ਆਏ ਨੇ ਸੁੱਖ ਮਹਿਲ, ਸਾਡੇ ਨਾਲ ਮੌਜੂਦ ਹੈ ਦੀਪਕ ਬਾਲੀ। ਦੀਪਕ ਬਾਲੀ ਜੀ, ਪਹਿਲਾਂ ਤਾਂ ਦੈਨਿਕ ਸਵੇਰਾ ਵਿੱਚ ਤੁਹਾਡਾ ਸਵਾਗਤ। ਜੀ ਜੀ, ਧੰਨਵਾਦ ਜੀ, ਬਹੁਤ ਬਹੁਤ। ਦੀਪਕ ਜੀ, ਅਸੀਂ ਹੋਟਲ ਤਾਂ ਬਹੁਤ ਦੇਖੇ ਆ, ਉਹਨਾਂ ਨੇ ਆਪਣੇ ਹੋਟਲਾਂ ਦੇ ਨਾਮ ਇੰਗਲਿਸ਼ 'ਚ ਲਿਖੇ ਹੁੰਦੇ ਆ, ਠੀਕ ਹੈ। ਤੁਸੀਂ ਆਪਣਾ ਜਿਹੜਾ ਹੋਟਲ ਦਾ ਨਾਮ ਹੈ ਸੁੱਖ ਮਹਿਲ ਪੰਜਾਬੀ 'ਚ ਲਿਖਿਆ ਹੋਇਆ, ਉਹਦਾ ਕੀ ਕਾਰਨ? ਮੈਂ ਪੰਜਾਬ ਨੂੰ ਓਨ ਕਰਦਾ, ਮੈਂ ਸੋਚਦਾ ਕਿ ਮੈਂ ਪੰਜਾਬ ਦੀ ਮਿੱਟੀ 'ਚ ਜੰਮਿਆ, ਪਲਿਆ, ਪੜ੍ਹਿਆ, ਜੀ ਰਿਹਾ, ਅਤੇ ਪੰਜਾਬੀ ਮੇਰੀ ਭਾਸ਼ਾ ਆ, ਇਹ ਮੇਰੇ ਸਤਿਕਾਰ ਦੀ ਭਾਸ਼ਾ ਆ, ਇਸ ਕਰਕੇ ਮੈਂ ਇਹਨੂੰ ਸਿਰ ਦਾ ਤਾਜ ਬਣਾ ਕੇ ਰੱਖਣਾ ਚਾਹੁੰਦਾ। ਫੈਸਿਲਿਟੀਜ਼ ਤੁਸੀਂ ਲੇਟੈਸਟ ਦਿਓ, ਜਿਹੜੀਆਂ ਫੈਸਿਲਿਟੀਜ਼ ਆ, ਜਿਹੜੀਆਂ ਤੁਹਾਡੀਆਂ ਅਮਿਨਿਟੀਜ਼ ਆ, ਜੋ ਤੁਸੀਂ ਇਨਫਰਾਸਟ੍ਰਕਚਰ ਕਿਸੇ ਨੂੰ ਪ੍ਰੋਵਾਈਡ ਕਰਨਾ, ਉਹ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਤੁਸੀਂ ਅੰਗਰੇਜ਼ੀ 'ਚ ਲਿਖਿਆ ਤਾਂ AC ਵੱਧ ਕੂਲਿੰਗ ਕਰੇਗਾ, ਪੰਜਾਬੀ 'ਚ ਲਿਖਿਆ ਤਾਂ AC ਘੱਟ ਕੂਲਿੰਗ ਕਰੇਗਾ। ਜੋ ਤੁਸੀਂ ਕਮਰੇ ਦੇ ਅੰਦਰ ਫੈਸਿਲਿਟੀਜ਼ ਦੇਣੀਆਂ, ਜੋ ਤੁਸੀਂ ਜਿਸ ਤਰ੍ਹਾਂ ਦਾ ਕਮਰਾ ਅੰਦਰੋਂ ਬਣਾਉਣਾ ਆ, ਜਿਸ ਤਰ੍ਹਾਂ ਦਾ ਆਰਚੀਟੈਕਟ ਬਣਾਉਣਾ ਆ, ਉਹਦਾ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ। ਭਾਸ਼ਾ ਜਿਹੜੀ ਸਥਾਨਕ ਭਾਸ਼ਾ ਹੈ, ਮੇਰੇ ਪੰਜਾਬ ਦੀ ਭਾਸ਼ਾ ਆ, ਇਹਨੂੰ ਮੈਂ ਉੱਪਰ ਰੱਖਣਾ ਚਾਹੁੰਦਾ, ਵੱਡਾ ਰੱਖਣਾ ਚਾਹੁੰਦਾ, ਕਿਉਂਕਿ ਇਹ ਮੇਰੀ ਭਾਸ਼ਾ ਆ। ਸੋ ਇਸ ਕਰਕੇ ਮੇਰਾ ਇਹ ਖਾਸ। ਔਰ ਦੂਜੀ ਗੱਲ ਕਿ ਜਦੋਂ ਅਸੀਂ ਆਪਣੇ ਪੰਜਾਬੀ ਮਾਰਚ ਕਰਦੇ ਹਾਂ ਜਾਂ ਪੰਜਾਬੀ ਦੀ ਗੱਲਬਾਤ ਕਰਦੇ ਹਾਂ, ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਉੱਪਰ ਰੱਖੋ। ਅੱਜ ਜਦੋਂ ਮੈਂ ਕੋਈ ਹੋਟਲ ਖੋਲ੍ਹਣਾ ਹੋਵੇ ਤਾਂ ਮੈਂ ਕਹਾਂ ਹੁਣ ਅੰਗਰੇਜ਼ੀ ਹੋਵੇ, ਤਾਂ ਮੈਂ ਇਸ ਤਰ੍ਹਾਂ ਦਾ ਡਬਲ ਫੇਸ ਸਟੈਂਡਰਡ ਮੇਨਟੇਨ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਜੋ ਮੇਰੇ ਸ਼ਬਦਾਂ 'ਚ ਹੋਵੇ, ਜੋ ਮੇਰੇ ਕਹਿਣੇ 'ਚ ਹੋਵੇ, ਉਹੀ ਮੇਰੀ ਕਥਨੀ 'ਚ ਹੋਵੇ। ਕਹਿਣੀ ਅਤੇ ਕਥਨੀ ਦਾ ਫਰਕ ਮੈਂ ਨਹੀਂ ਚਲਾ ਸਕਦਾ। ਮੈਂ ਚਾਹੁੰਦਾ ਇਹ ਭਾਸ਼ਾ ਦਾ ਸਤਿਕਾਰ ਦੇਖ ਕੇ, ਇਸ ਤਰ੍ਹਾਂ ਦਾ ਜਿਹੜਾ ਫਰੰਟ ਦੇਖ ਕੇ, ਇਸ ਤਰ੍ਹਾਂ ਉੱਪਰ ਲਿਖਿਆ ਦੇਖ ਕੇ, ਹੋਰ ਲੋਕਾਂ ਦੇ ਅੰਦਰ ਵੀ ਜਿਹੜੀ ਇੱਕ ਪੋਜ਼ਿਟਿਵਿਟੀ ਆਵੇ, ਉਹ ਵੀ ਆਪਣੀ ਭਾਸ਼ਾ ਨੂੰ ਇਸ ਤਰ੍ਹਾਂ ਪਿਆਰ ਕਰਨ। ਸੋ ਇਸ ਕਰਕੇ ਮੇਰੀ ਤਮੰਨਾ ਸੀ ਕਿ ਜਦੋਂ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਖੋਲ੍ਹਾਂ ਅਤੇ ਭਾਸ਼ਾ ਨੂੰ ਪਹਿਲ ਦੇਵਾਂ, ਵੱਡੇ ਆਕਾਰ 'ਚ ਦੇਵਾਂ, ਤਾਂ ਕਿ ਉਹ ਮੇਰੀ ਆਤਮਾ ਨੂੰ ਠੰਡਕ ਪਹੁੰਚਾਵੇ। ਸੁੱਖ ਮਹਿਲ ਖੋਲ੍ਹਣ ਦਾ ਵਿਚਾਰ ਜਾਂ ਧਿਆਨ ਕਿੱਦਾਂ ਆ ਗਿਆ? ਮੈਨੂੰ ਪਹਿਲਾਂ ਤੋਂ ਹੀ ਮੇਰਾ ਮਨ ਸੀ ਵੀ ਕੋਈ ਨਾ ਕੋਈ ਐਸਾ ਕੰਮ ਹੋਵੇ ਜਿਹਦੇ 'ਚ ਮਹਿਮਾਨ ਨਿਵਾਜ਼ੀ ਹੋਵੇ। ਮੈਨੂੰ ਮਹਿਮਾਨ ਨਿਵਾਜ਼ੀ ਬਹੁਤ ਚੰਗੀ ਲੱਗਦੀ ਹੈ, ਖਾਸ ਤੌਰ 'ਤੇ ਦੂਜਿਆਂ ਨੂੰ ਸਤਿਕਾਰ ਦੇਣਾ। ਮੈਨੂੰ ਇਹ ਚਾਅ ਹੁੰਦਾ ਕਿ ਮੈਂ ਕਿਸੇ ਨੂੰ ਸਤਿਕਾਰ ਦੇ ਸਕਾਂ, ਮੈਂ ਕਿਸੇ ਨੂੰ ਮਿਲ ਸਕਾਂ, ਕਿਸੇ ਨੂੰ ਆਦਰ ਦੇ ਸਕਾਂ, ਕਿਸੇ ਦੀ ਸੇਵਾ ਕਰ ਸਕਾਂ। ਤਾਂ ਮੈਨੂੰ ਇਹ ਜਿਹੜਾ ਸੈਗਮੈਂਟ ਆ ਪਹਿਲਾਂ ਤੋਂ ਹੀ ਬਹੁਤ ਫੈਸੀਨੇਟ ਕਰਦਾ ਸੀ। ਖਾਸ ਤੌਰ 'ਤੇ ਮੈਂ ਦੁਨੀਆ 'ਚ ਵੱਖ ਵੱਖ ਹੋਰ ਦੇਸ਼ਾਂ 'ਚ ਘੁੰਮਦਾ ਫਿਰਦਾ, ਤਾਂ ਮੈਨੂੰ ਬੜਾ ਚੰਗਾ ਲੱਗਦਾ ਕਿ ਤੁਹਾਡੇ ਆਵੇ ਕੋਈ, ਤੁਸੀਂ ਉਹਨੂੰ ਜੀ ਐਂ ਕਹੋ, ਤੁਸੀਂ ਉਹਨੂੰ ਸਤਿਕਾਰ ਦਿਓ, ਤੁਸੀਂ ਉਹਨੂੰ ਪਿਆਰ ਦਿਓ, ਕਿ ਉਹ ਇੰਨਾ ਖੁਸ਼ ਹੋਵੇ ਕਿ ਉਹਦੀ ਜਿਹੜੀ ਜ਼ਿੰਦਗੀ ਹੈ, ਉਹਦੇ ਜਿਹੜੇ ਪਲ ਆ, ਉਹ ਹੋਰ ਖੁਸ਼ੀਆਂ ਉਹਦੇ 'ਚ ਪੈਦਾ ਕਰ ਸਕਣ। ਇਸ ਕਰਕੇ ਮੈਨੂੰ ਇਹ ਬਹੁਤ ਪਹਿਲਾਂ ਤੋਂ ਹੀ ਆਕਰਸ਼ਕ ਲੱਗਦਾ ਸੀਗਾ ਵੀ ਇਹ ਜਿਹੜੀ ਹੋਟਲ ਬਿਜ਼ਨਸ ਆ, ਇਹਦੇ 'ਚ ਦੇਖੋ ਤੁਸੀਂ ਦੁਨੀਆ 'ਚ ਕਿਸੇ ਵੀ ਦੁਕਾਨ 'ਤੇ ਜਾਂਦੇ ਹੋ, ਕਿਸੇ ਵੀ ਚੀਜ਼ ਤਾਂ ਕਹਿੰਦਾ ਜੀ ਕਸਟਮਰ ਆ, ਪਰ ਹੋਟਲ ਦੇ ਵਿੱਚ ਹਮੇਸ਼ਾ ਗੈਸਟ ਕਿਹਾ ਜਾਂਦਾ, ਕਿਉਂਕਿ ਇੱਥੇ ਕਸਟਮਰ ਨਹੀਂ ਹੈ, ਇੱਥੇ ਮਹਿਮਾਨ ਆ ਤੁਹਾਡਾ। ਸੋ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੈਨੂੰ ਪਹਿਲਾਂ ਤੋਂ ਹੀ ਇਹ ਮੈਨੂੰ ਚਾਅ ਰਿਹਾ ਇਸ ਗੱਲ ਦਾ ਕਿ ਮੇਰੇ ਕੋਈ ਮਹਿਮਾਨ ਆਵੇ, ਮੈਂ ਉਹਦੀ ਮਹਿਮਾਨ ਨਿਵਾਜ਼ੀ ਕਰ ਸਕਾਂ, ਉਹਨੂੰ ਸਤਿਕਾਰ ਦੇ ਸਕਾਂ, ਉਹਦੇ ਆਦਰ 'ਚ ਕੁਛ ਕਰ ਸਕਾਂ। ਸੋ ਇਸ ਕਰਕੇ ਮੈਨੂੰ ਇਹ ਚੀਜ਼ ਫੈਸੀਨੇਟ ਕਰਦੀ ਸੀ। ਸ਼ਹਿਰ ਦੇ ਵਿੱਚ ਹੋਟਲ ਬਹੁਤ ਸਾਰੇ ਆ, ਸੁੱਖ ਮਹਿਲ ਦੇ ਵਿੱਚ ਖਾਸ ਕੀ ਹੈ? ਇੱਕ ਤਾਂ ਹੈ ਕਿ ਪਹਿਲੇ ਦਿਨੋਂ ਹੀ ਜਦੋਂ ਇਹਨੂੰ ਸੋਚਿਆ ਤਾਂ ਇਹਦੇ ਲਈ ਮੈਨੂੰ ਪਤਾ ਲੱਗਿਆ ਕਿ ਸ਼ਹਿਰ 'ਚ ਬਹੁਤ ਅੱਛੀ ਆਰਚੀਟੈਕਟ ਮੈਡਮ ਹੈ, ਜੂਲੀ ਖੰਨਾ, ਉਹ ਪੁਣੇ ਤੋਂ ਪੜ੍ਹੇ ਆ। ਜਦੋਂ ਮੈਂ ਉਹਨਾਂ ਦਾ ਕੁਛ ਕੰਮ ਦੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਥੋੜ੍ਹਾ ਜਿਹਾ ਟ੍ਰੈਡੀਸ਼ਨਲ ਜਿਹੜੇ ਸੈਟਅਪ ਸੀ ਉਹਨਾਂ ਨੂੰ ਫੋਲੋ ਕਰਦੇ ਆ। ਮੈਂ ਉਹਨਾਂ ਨਾਲ ਮਿਲਿਆ, ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਦਾ ਕੋਈ ਸੋਚਦਾ ਹਾਂ, ਪਰ ਲੇਕਿਨ ਮੈਂ ਚਾਹੁੰਦਾ ਟ੍ਰੈਡੀਸ਼ਨਲ ਲੁੱਕ ਆ, ਕਿਉਂਕਿ ਮੈਂ ਜਦੋਂ ਉੱਥੇ ਜਾਣਾ ਇੰਗਲੈਂਡ ਜਾਂਦਾ ਸੀ ਤਾਂ ਮੈਨੂੰ ਹੈਰੀਟੇਜ ਪ੍ਰੋਪਰਟੀਜ਼ ਦਿਖਦੀਆਂ ਸੀਗੀਆਂ, ਹੈ ਉਹਨਾਂ ਦੀ ਲੁੱਕ ਉਸ ਤਰ੍ਹਾਂ ਦੀ, ਕੋਈ ਫਲੈਸ਼ੀ ਜਿਹੜੀ ਲੁੱਕ ਨਹੀਂ ਮੈਨੂੰ ਚਾਹੀਦੀ ਸੀਗੀ। ਤਾਂ ਮੈਂ ਕਿਹਾ ਮੈਂ ਇਸ ਤਰ੍ਹਾਂ ਚਾਹੁੰਦਾ ਕਿ ਸੋਬਰ ਹੋਵੇ, ਬਹੁਤ ਡੀਸੈਂਟ ਹੋਵੇ, ਕਲੀਨ ਹੋਵੇ, ਬਹੁਤ ਚਮਕਦੀਆਂ ਚੀਜ਼ਾਂ ਨਾ ਹੋਣ, ਉਹਦੇ 'ਚ ਪੁਰਾਤਨਤਾ ਜਿਹੜੀ ਆ, ਹੈਰੀਟੇਜ ਇੱਕ ਜਿਹੜਾ ਤੁਹਾਡਾ ਥੋਟ ਆ ਕਿ ਟ੍ਰੈਡੀਸ਼ਨਲ ਲੁੱਕ ਉਹਦੇ 'ਚ ਦੇਖਣੀ ਚਾਹੀਦੀ ਆ। ਸੋ ਇਸ ਕਰਕੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਫਿਰ ਇਹਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਕਿ ਇਹਦੇ 'ਚੋਂ ਤੁਹਾਨੂੰ ਫਰੰਟ 'ਤੇ ਵੀ ਕੋਈ ਚਮਕੀਲੀਆਂ ਚੀਜ਼ਾਂ, ਕੋਈ ਚਮਕਦੀਆਂ, ਕੋਈ ਗਲੋ ਕਰਦੀਆਂ ਚੀਜ਼ਾਂ ਨਹੀਂ ਹੈ, ਸੋਬਰ, ਕਿਉਂਕਿ ਸਾਦਗੀ ਵਿੱਚ ਸੁੰਦਰਤਾ ਆ। ਮੈਂ ਸੋਚਦਾ ਹਾਂ ਕਿ ਬਿਊਟੀ ਜਿਹੜੀ ਆ ਉਹ ਸਿੰਪਲੀਸਿਟੀ ਵਿੱਚ ਆ। ਫੈਸਿਲਿਟੀਜ਼
नो डाउट के फैसिलिटीज जिहड़ियां आ वो एक्सट्रा ऑर्डिनरी दिओ, क्लीनिंगनैस दिओ तुसीं, है ना, तुहाडी डिसिप्लिन दिओ, सफ तुसीं उहदी तुहाडी परफेक्शन होवे काम दी, लेकिन लुक जिहड़ी आ वह डीसेंट होवे, वह बहुत फ्लैशी जिहड़ी आ लुक से आ मैं पसंद नहीं करता। इस करके मेरा मन सी ਪੇ ਨੂੰ ਟ੍ਰੈਡੀਸ਼ਨਲੀ ਆਪਣੇ ਹੈਰੀਟੇਜ ਨਾਲ ਜੋੜ ਕੇ ਥੋੜ੍ਹਾ ਇਹਨੂੰ ਇਸ ਤਰ੍ਹਾਂ ਦਾ ਬਣਾਇਆ ਜਾਵੇ। ਹੋਟਲ ਦੇ ਵਿੱਚ ਹਾਲੀ ਰੂਮ ਹੀ ਤਿਆਰ ਕੀਤੇ ਗਏ ਜਾਂ ਪੂਰੀ ਤਰ੍ਹਾਂ ਹੋਟਲ ਤਿਆਰ ਹੈ? ਜੀ, ਵਿਦ ਇਨ 3 ਮਹੀਨੇ ਦਾ ਪ੍ਰੋਜੈਕਟ ਹੈ ਜੀ, 3 ਮਹੀਨੇ ਦੇ ਵਿੱਚ ਆਪਾਂ ਇਹਨੂੰ ਕੰਪਲੀਟ ਕਰ ਦਾਂਗੇ। ਫਿਲਹਾਲ ਹੁਣ 20 rooms ਜਿਹੜੇ ਆ, 20 ਕਮਰੇ ਖੋਲ੍ਹ ਦਿੱਤੇ ਗਏ ਆ, 3-4 categories ਨੇ ਉਹਨਾਂ ਦੀਆਂ, ਔਰ ਉਸ ਤੋਂ ਬਾਅਦ 1-1.5 ਮਹੀਨੇ 'ਚ ਰੈਸਟੋਰੈਂਟ ਅਸੀਂ ਖੋਲ੍ਹ ਦਾਂਗੇ, ਉਹ ਵੀ ਟ੍ਰੈਡੀਸ਼ਨਲ ਜਿਹੜਾ ਸਾਡਾ ਖਾਣਾ ਆ ਪੰਜਾਬੀ ਭਾਰਤੀ, ਸੋ ਉਹਦਾ ਇੱਕ ਮਿਕਸਚਰ ਹੋਏਗਾ। ਉਸ ਤੋਂ ਬਾਅਦ ਬੈਂਕਟ ਹਾਲ ਉਹ ਵੀ ਤਿਆਰ ਹੋ ਰਹੇ ਆ, ਸੋ ਵਿਦ ਇਨ 3 months ਟੋਟਲ ਪ੍ਰੋਜੈਕਟ ਜਿਹੜਾ ਹੈ ਔਨ ਹੋ ਜਾਏਗਾ। ਰੂਮ ਦੀ ਕੈਟਾਗਰੀ ਕਿਹੜੀ ਕਿਹੜੀ ਹੈ? ਇਹਦੇ 'ਚ ਜੀ ਇੱਕ ਸਵੀਟ ਰੂਮ ਆ, ਫਿਰ ਡੀਲਕਸ ਆ, ਫਿਰ ਉਸ ਤੋਂ ਬਾਅਦ ਐਕਸਟਰਾ ਆਰਡੀਨਰੀ ਇੱਕ ਰੂਮ, 2 ਤਿਆਰ ਕੀਤੇ ਗਏ ਆ ਰੋਡ ਸਾਈਡ, ਸੋ 3-4 ਉਹਦੇ ਬਾਰੇ ਜਿਹੜੇ ਸਾਡੇ ਕਾਰਪੋਰੇਟ ਸੇਲਸ ਵਾਲੇ ਆ ਉਹਨਾਂ ਨੂੰ ਜ਼ਿਆਦਾ ਪਤਾ, ਅਤੇ ਮੇਰਾ ਤਾਂ ਇਹ ਇੱਕ ਮੈਂ ਤਾਂ ਮੈਨੂੰ ਪੁਸ਼ ਕਰਨ ਵਾਲਾ ਹਾਂ, ਬਾਕੀ ਸਟਾਫ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ। ਸਟਾਫ ਜਿਹੜਾ ਮੈਂ ਸੋਚਦਾ ਵੀਲਸ ਆ, ਉਹ ਪਹੀਏ ਆ, ਉਹੀ ਅੱਗੇ ਚੀਜ਼ ਨੂੰ ਲੈ ਕੇ ਜਾ ਸਕਦੇ ਆ। ਕੁੱਕ ਵਗੈਰਾ ਬਾਹਰੋਂ ਲੈ ਕੇ ਆ ਰਹੇ ਹੋ ਜਾਂ ਉਹ ਪੰਜਾਬੀ ਚੱਲਣਗੇ? ਜੀ ਦੇਖੋ, ਕੁੱਕ ਚਾਹੇ ਪੰਜਾਬੀ ਹੋਵੇ ਜਾਂ ਬਾਹਰੋਂ ਹੋਵੇ ਦਾ ਕੋਈ ਫਰਕ ਨਹੀਂ ਹੈ, ਗੱਲ ਇਹ ਆ ਕਿ ਕੁੱਕ ਦੇ ਕੰਮ 'ਚ ਪਰਫੈਕਸ਼ਨ ਹੋ ਸਕਦੀ ਹੈ। ਕਿਉਂਕਿ ਮੈਂ ਦੱਸਣਾ ਕਿ ਮੈਂ ਇੱਕ ਵਾਰੀ ਸਿਡਨੀ ਦੇ ਵਿੱਚ ਓਪਰਾ ਹਾਊਸ, ਇੱਕ ਬਹੁਤ ਫੇਮਸ ਸਪੋਟ ਆ, ਓਪਰਾ ਹਾਊਸ ਦੇਖਣ ਗਿਆ, ਤਾਂ ਓਪਰਾ ਹਾਊਸ ਦੇ ਉੱਤੇ ਜਿਹੜਾ ਸਭ ਤੋਂ ਮਹਿੰਗਾ ਔਰ ਵਧੀਆ ਰੈਸਟੋਰੈਂਟ ਸੀਗਾ, ਅਸੀਂ ਉੱਥੇ ਖਾਣ ਚਲੇ ਗਏ। ਜਦੋਂ ਖਾਣਾ ਖਾਧਾ ਤਾਂ ਅਸੀਂ ਕਿਹਾ ਜੀ ਆਪਣੇ ਸ਼ੈੱਫ ਕੌਣ ਨੇ, ਤਾਂ ਉਹਨੂੰ ਦੱਸਿਆ ਕਿ ਦਸੂਹੇ ਲਾਗੇ ਦਾ ਮੁੰਡਾ ਸ਼ੈੱਫ ਹੈ ਇੱਥੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬੀ ਹੋਏਗਾ ਅਤੇ ਕੋਈ ਸਟੈਂਡਰਡ ਲੋਅ ਹੋਏਗਾ, ਪਰ ਕਿਤਿਓਂ ਵੀ ਹੋਵੇ ਬੰਦਾ, ਮਸਲਾ ਇਹ ਹੈ ਕਿ ਉਹਦੇ ਕੰਮ 'ਚ ਪਰਫੈਕਸ਼ਨ ਹੋਣੀ ਚਾਹੀਦੀ ਆ, ਹੈ ਨਾ। ਪੰਜਾਬ ਦਾ ਕੋਈ ਬੰਦਾ ਪੂਰੇ ਭਾਰਤ ਦੇ ਵਿੱਚ ਦਾ ਸਰਵੋਤਮ ਕੁੱਕ ਹੋ ਸਕਦਾ, ਜਾਂ ਕੋਈ ਇੱਦਾਂ ਦੀ ਕੋਈ ਬਾਰ ਨਹੀਂ ਹੈ ਕਿ ਬੰਦਾ ਬਾਹਰੋਂ ਆਉਣਾ ਜਾਂ ਇੱਥੋਂ ਆਉਣਾ ਜਾਂ ਜਲੰਧਰ ਤੋਂ ਆਉਣਾ। ਹੋ ਸਕਦਾ ਕਿ ਮੇਰੇ ਇਸ ਹੋਟਲ ਦੇ ਸਾਹਮਣੇ ਵਾਲੇ ਘਰ ਦਾ ਬੰਦਾ ਵੀ ਬਹੁਤ ਵਧੀਆ ਸ਼ੈੱਫ ਹੋਵੇ ਤਾਂ ਉਹਨੂੰ ਵੀ ਵੈਲਕਮ ਆ। ਸੋ ਇਸ ਤਰ੍ਹਾਂ ਦੀ ਕੋਈ ਬਾਰ ਨਹੀਂ ਹੈ ਮੇਰੇ ਲਈ, ਮੈਨੂੰ ਪੂਰੀ ਦੁਨੀਆ ਮੈਨੂੰ ਆਪਣੀ ਲੱਗਦੀ ਆ, ਗਲੋਬਲ ਵਿਲੇਜ ਆ ਦੁਨੀਆ ਇਸ ਵੇਲੇ। ਹੋਟਲ ਦੀ ਡੈਕੋਰੇਸ਼ਨ ਦੇਖੀ ਆਪਾਂ, ਹੋਟਲ ਦੀ ਡੈਕੋਰੇਸ਼ਨ ਬੜੀ ਬਰੀਕੀ ਨਾਲ ਕੀਤੀ ਹੋਈ, ਇਹਦਾ ਕੀ ਕਾਰਨ ਹੈ? ਕਾਰਨ ਇਹੀ ਆ ਜੀ ਕਿ ਮੈਂ ਸੋਚਦਾ ਕਿ ਕੰਮ ਜਨੂਨ ਨਾਲ ਕਰਨਾ ਚਾਹੀਦਾ, ਕੰਮ ਮਿਹਨਤ ਨਾਲ ਕਰਨਾ ਚਾਹੀਦਾ, ਨੇਕ ਇਰਾਦੇ ਨਾਲ ਕੰਮ ਪੈਸੇ ਦੀ ਕਮਾਈ ਨੂੰ ਮੁੱਖ ਰੱਖ ਕੇ ਕੰਮ ਨਹੀਂ ਕਰ ਸਕਦੇ ਤੁਸੀਂ। ਤੁਹਾਨੂੰ ਪਹਿਲਾਂ ਇਹ ਚਾਅ ਹੋਵੇ ਕਿ ਮੈਂ ਆਹ ਚੀਜ਼ ਇਸ ਤਰ੍ਹਾਂ ਦੀ ਬਣਾਉਣੀ ਆ, ਇਸ ਤਰ੍ਹਾਂ ਦੀ ਸਜਾਉਣੀ ਆ। ਉਹਦੇ 'ਚ ਜਦੋਂ ਤੁਸੀਂ ਕੋਈ ਪ੍ਰੋਜੈਕਟ ਚਲਾਉਂਦੇ ਹੋ ਨਾ, ਉਹਦੇ ਤੁਹਾਡੇ ਇਮੋਸ਼ਨ ਜੁੜ ਜਾਂਦੇ ਆ, ਉਹਦੇ 'ਚ ਤੁਹਾਡੀ ਕ੍ਰੀਏਟੀਵਿਟੀ ਹੁੰਦੀ ਹੈ, ਉਹਦੇ 'ਚ ਤੁਹਾਨੂੰ ਇੱਕ ਮਿਸ਼ਨ ਮਿਲ ਜਾਂਦਾ ਕਿ ਆਹ ਚੀਜ਼ ਬਣਾਉਣੀ ਆ। ਸੋ ਇਸ ਤਰ੍ਹਾਂ ਨਾਲ ਮੇਰਾ ਮਨ ਸੀ ਕਿ ਹਰ ਚੀਜ਼ ਜਿਹੜੀ ਆ ਉਹ ਥੋੜ੍ਹਾ ਥੋੜ੍ਹਾ ਉਹਦੇ 'ਚੋਂ ਟ੍ਰੈਡੀਸ਼ਨਲ ਲੁੱਕ, ਜਿੱਦਾਂ ਸਾਡੇ ਅਸੀਂ ਪੁਰਾਤਨ ਬਿਲਡਿੰਗਾਂ ਦੇਖਦੇ ਹਾਂ, ਤਾਂ ਉਹਦੇ 'ਚ ਜਿਹੜੀ ਉਹਦੀ ਖੁਦਾਈ ਦਾ ਕੰਮ ਚੱਲਦਾ, ਪੱਥਰ ਆ, ਹੁਣ ਪੁਰਾਤਨ ਬਿਲਡਿੰਗਾਂ ਦੇਖਦੇ ਹਾਂ ਤਾਂ ਖੁਦਾਈ ਕੀਤੀ ਹੋਈ ਹੈ ਪੱਥਰ ਦੇ ਉੱਤੇ। ਇਸੇ ਕਰਕੇ ਅਸੀਂ ਫਰੰਟ 'ਤੇ ਵੀ ਸਾਰਾ ਜਿਹੜਾ ਪੱਥਰ ਲਾਇਆ ਉਹਦੇ 'ਚ ਖੁਦਾਈ ਕਰਾ ਕੇ ਉਹ ਕਰਾਇਆ। ਇੱਥੇ ਵੀ ਤੁਸੀਂ ਦੇਖੋਗੇ ਕਿ ਲੱਕੜ ਵੀ ਜਿਹੜੀ ਉੱਪਰ ਲੱਗੀ ਹੋਈ ਆ ਉਹਦੇ 'ਚ ਵੀ ਕਟਿੰਗ ਕਰਾ ਕੇ, ਬੇਲਾਂ ਬੂਟੀਆਂ, ਹੈ ਨਾ, ਖੁਦਾਈ ਉਹਦੇ 'ਚ ਕਟਿੰਗ ਕਰਾਈ ਆ, ਤਾਂ ਕਿ ਸਿੰਪਲ ਲੱਕੜ ਵੀ ਲਾ ਸਕਦੇ ਸੀ, ਪਰ ਲੇਕਿਨ ਮੇਰਾ ਮਨ ਸੀ ਵੀ ਇਹਦੇ 'ਚ ਕੁਛ ਨਾ ਕੁਛ। ਔਰ ਤੁਸੀਂ ਅਸੀਂ ਬੈੱਡ ਖਾਸ ਤੌਰ 'ਤੇ ਇਸ ਤਰ੍ਹਾਂ ਬਣਾਇਆ ਕਿ ਥੋੜ੍ਹਾ ਸਮਾਂ ਪਹਿਲਾਂ, ਕੁਛ ਸਾਲ ਪਹਿਲਾਂ ਇਹ ਚੱਲਦਾ ਸੀ ਕਿ ਕੈਨ ਦੀਆਂ ਕੁਰਸੀਆਂ, ਕੈਨ ਦੇ ਢੋਆਂ, ਕੈਨ ਦੇ ਮੰਜੇ ਹੁੰਦੇ ਸੀ ਜਿਹੜੀ ਉਹ ਪਲਾਸਟਿਕ ਦੀ ਚਿੱਟੀ ਤਾਰ ਹੁੰਦੀ, ਸੋ ਅਸੀਂ ਉਹ ਕੈਨ ਵਾਲੀਆਂ ਢੋਆਂ ਤਿਆਰ ਕਰਾਈਆਂ। ਕੈਨ ਪਹਿਲਾਂ ਕੈਨ ਲੱਭੀ, ਫਿਰ ਕੈਨ ਨਾਲ ਬੁਣਤੀ ਕਰਨ ਵਾਲੇ ਬੰਦੇ ਲੱਭੇ, ਹੈ ਨਾ। ਸੋ ਇਸ ਤਰ੍ਹਾਂ ਨਾਲ ਅਸੀਂ ਕੋਸ਼ਿਸ਼ ਕੀਤੀ ਆ ਕਿ ਟ੍ਰੈਡੀਸ਼ਨਲ ਹੈਰੀਟੇਜ ਤੁਹਾਡੇ ਪਿੱਛੇ ਹੋਵੇ ਔਰ ਮਾਡਰਨ ਫੈਸਿਲਿਟੀਜ਼ ਤੁਹਾਡੇ ਕੋਲ ਹੋਣ, ਤੁਸੀਂ ਦੋਨਾਂ ਦਾ ਮਿਕਸਚਰ ਕਰਕੇ ਬੈਸਟ ਕੰਬੀਨੇਸ਼ਨ ਦੇ ਸਕਦੇ ਹਾਂ। ਜਿਹੜੀਆਂ ਤੁਸੀਂ ਬਰੀਕੀ ਨਾਲ ਚੀਜ਼ਾਂ ਤਿਆਰ ਕਰਵਾਈਆਂ, ਕਿੰਨਾ ਕੁ ਸਮਾਂ ਲੱਗ ਗਿਆ? ਆਲਮੋਸਟ 1.5 ਸਾਲ ਲੱਗ ਗਿਆ ਜੀ, 1.5 ਸਾਲ ਹੋ ਗਿਆ, ਕਿਉਂਕਿ ਤੁਸੀਂ ਕਾਹਲੀ ਨਹੀਂ ਪਾ ਸਕਦੇ ਜਿਹੜੀ ਚੀਜ਼ ਹੁਣ ਸਾਨੂੰ ਘੱਟੋ ਘੱਟ 1-1.5 ਮਹੀਨਾ ਢੋਆਂ, 1 ਢੋ ਤਿਆਰ ਕਰਨ ਨੂੰ ਲੱਗ ਗਿਆ, ਬੰਦੇ ਨਾ ਲੱਭਣ ਉਹਨੂੰ ਬੁਣਤੀ ਕਰਨ ਵਾਲੇ, ਸੋ ਟਾਈਮ ਲੱਗਦਾ ਹੈ ਜੀ। ਤੁਸੀਂ ਨੋ ਡਾਊਟ ਕਿ ਪ੍ਰੈਸ਼ਰ ਹੁੰਦਾ, ਪਰ ਤੁਸੀਂ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਟਾਈਮ ਦੀ ਤੁਸੀਂ ਅਵੋਇਡ ਨਹੀਂ ਕਰ ਸਕਦੇ, ਤੁਸੀਂ ਉਹਨੂੰ ਜੰਪ ਨਹੀਂ ਕਰ ਸਕਦੇ, ਜੰਪ ਕਰੋਗੇ ਤਾਂ ਉਹ ਕੰਪਰੋਮਾਈਜ਼ ਹੋਏਗਾ, ਸੋ ਜੰਪ ਕਰਨ ਦਾ ਜਾਂ ਕੰਪਰੋਮਾਈਜ਼ ਕਰਨ ਦਾ ਮੇਰਾ ਮਨ ਨਹੀਂ ਸੀ, ਕਿਉਂਕਿ ਬਰੀਕੀ ਦਾ ਕੰਮ ਹੈ, ਬਰੀਕੀ ਦਾ ਕੰਮ ਤਾਂ ਬੜੇ ਆਰਾਮ ਨਾਲ ਹੀ ਹੁੰਦਾ। ਬਿਲਕੁਲ, ਤੁਹਾਨੂੰ ਪੇਸ਼ੈਂਸ ਰੱਖਣੀ ਪੈਂਦੀ ਆ, ਬਹੁਤ ਸਹਿਨਸ਼ੀਲਤਾ ਨਾਲ, ਕਿ ਤੁਸੀਂ ਜੇ ਚੀਜ਼ ਬਣਾਉਣੀ ਆ ਉਹ ਜਿੰਨਾ ਸਮਾਂ ਉਹਨੂੰ ਲੱਗਣਾ ਆ ਤਾਂ ਉਹ ਤੁਸੀਂ ਅਵੋਇਡ ਨਹੀਂ ਕਰ ਸਕਦੇ।
ਇਹ ਸੀ ਸਾਡੇ ਨਾਲ ਦੀਪਕ ਬਾਲੀ ਜੀ, ਜਿਨ੍ਹਾਂ ਨੇ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਡਲ ਟਾਊਨ ਰੋਡ ਦੇ ਉੱਤੇ ਤਿਆਰ ਕੀਤਾ ਸੁੱਖ ਮਹਿਲ। ਕੈਮਰਾਮੈਨ ਜਤਿਨ ਦਾ, ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।